ਭੈਣੋ ਰਖੜੀ ਦਾ ਤਿਹਾਰ ਆ ਰਿਹਾ ਪਹਿਲਾਂ ਤੁਹਾਨੂੰ ਪੂਰੀ ਦੁਨੀਆ ਚ ਬਸਦੀਆਂ ਕੁੱਲ ਭੈਣਾ ਉਹਨੂੰ ਬਹੁਤ ਬਹੁਤ ਮੁਬਾਰਕਬਾਦ ਅਗਲੀ ਗੱਲ ਇਹ ਜਿਹੜਾ ਰਖੜੀ ਦਾ ਤਿਹਾਰ ਹੈ ਪਿਆਰ ਦਾ ਇਹ ਤਿਹਾਰ ਹੈ ਸਤਕਾਰ ਦਾ ਇਹ ਤਿਹਾਰ ਹੈ ਔਰ ਇਕਰਾਰ ਦਾ ਤਿਹਾਰ ਹੈ ਇਸ ਵਾਰੀ ਸਾਰੀਆਂ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੇ ਭਰਾਵਾਂ ਕੋਲੋਂ ਪੈਸੇ ਦੀ ਮੰਗ ਨਾ ਕਰਿਓ ਸੂਟਾਂ ਦੀ ਮੰਗ ਨਾ ਕਰਿਓ ਤੋਹਫਿਆਂ ਦੀ ਮੰਗ ਨਾ ਕਰਿਓ ਜੇ ਮੰਗ ਕਰਨੀ ਹੈ ਤਾਂ ਇਹ ਮੰਗ ਕਰਿਓ ਕਿ ਵੀਰੇ ਜਿਸ ਦਿਨ ਮੇਰਾ ਮਾਂ ਮੇਰੀ ਮਾਂ ਮੇਰਾ ਬਾਪ ਦੁਨੀਆ ਤੋਂ ਚਲੇ ਗਏ ਉਦੋਂ ਬਾਅਦ ਸਾਡੇ ਨਾਲ ਮਾਂ ਬਾਪ ਵਾਲਾ ਫਰਜ਼ ਨਿਭਾਈਂ ਜੇ ਮੰਗ ਕਰਨੀ ਆ ਤਾ ਇਹ ਕਰਿਓ ਕਿ ਵੀਰੇ ਅੱਜ ਤੋਂ ਬਾਅਦ ਕਿਸੇ ਨਸ਼ੇ ਨੂੰ ਹੱਥ ਨਾ ਲਾਈਂ ਜੇ ਮੰਗ ਕਰਨੀ ਆ ਇਹ ਕਰਿਓ ਕਿ ਵੀਰੇ ਮੇਰੇ ਬਾਪ ਦੀ ਜਿਹੜੀ ਪੱਗ ਆ ਉਹਨੂੰ ਦਾਗ ਨਾ ਲੱਗਣ ਦੇਈਂ ਜੇ ਮੰਗ ਕਰਨੀ ਆ ਇਹ ਮੰਗ ਕਰਿਓ ਕੁੜੀਓ ਕਿ ਸਦਾ ਤੂੰ ਸਾਡੀ ਪਰਜਾਈ ਨੂੰ ਖੁਸ਼ ਰੱਖੇਂ ਜੇ ਮੰਗ ਕਰਨੀ ਆ ਤਾਂ ਇਹ ਮੰਗ ਕਰੀਂ ਕਿ ਵੀਰੇ ਸਾਡੇ ਪੰਜਾਬ ਦਾ ਸਾਡੇ ਪਿੰਡ ਦਾ ਸਾਡੇ ਇਲਾਕੇ ਦਾ ਸਾਡੇ ਜ਼ਿਲ੍ਹੇ ਦਾ ਨਾਮ ਪੂਰੀ ਦੁਨੀਆ ਚ ਰੋਸ਼ਨ ਕਰੇਗਾ ਕੋਈ ਨੇਕ ਕੰਮ ਕਰੇਗਾ ਕੋਈ ਚੰਗੇ ਕੰਮ ਕਰੇਗਾ ਕੋਈ ਗੁਰੂ ਘਰ ਦੀ ਸੇਵਾ ਦੇ ਵਿੱਚ ਲੱਗ ਕੇ ਮਾਂ ਬਾਪ ਦਾ ਨਾਂ ਰੋਸ਼ਨ ਕਰੇਗਾ ਸਾਡੇ ਖਾਨਦਾਨ ਦਾ ਨਾਂ ਰੋਸ਼ਨ ਕਰੇਗਾ ਜੇ ਮੰਗ ਕਰਨੀਆਂ ਇਹ ਮੰਗ ਕਰੀ ਕਿ ਵੀਰੇ ਮਾੜੀ ਕਦੇ ਸੰਗਤ ਚ ਨਾ ਬੈਠੀ ਦੂਜੇ ਦੀ ਧੀ ਭੈਣ ਨੂੰ ਆਪਣੀ ਧੀ ਭੈਣ ਸਮਝ ਕੇ ਚੱਲੀ ਕਿਸੇ ਨਾਲ ਧੋਖਾ ਨਾ ਕਰੀ ਕਿਸੇ ਨਾਲ ਗਦਾਰੀ ਨਾ ਕਰੀ ਜੇ ਮੰਗ ਕਰਨੀਆਂ ਮੇਰੀ ਉਹ ਭੈਣੋਂ ਏ ਮੰਗ ਕਰਿਓ ਨਸ਼ਿਆ ਤੋਂ ਭਾਈਆਂ ਕੋਲੋਂ ਵਾਅਦਾ ਲਿਓ ਕਿ ਤੁਹਾਡਾ ਭਰਾ ਕਦੇ ਨਸ਼ਾ ਨਾ ਕਰੇ ਜੇ ਮੰਗ ਕਰਨੀ ਹੈ ਇਹਨਾਂ ਚੀਜ਼ਾਂ ਦੀ ਮੰਗ ਕਰੋ ਤਾਂ ਕਿ ਪੰਜਾਬ ਖੁਸ਼ਹਾਲ ਹੋਵੇ ਤੁਸੀਂ ਖੁਸ਼ਹਾਲ ਹੋਵੋ ਹਰ ਰਿਸ਼ਤਾ ਸਾਡਾ ਖੁਸ਼ਹਾਲ ਹੋਵੇ ਔਰ ਅਸੀਂ ਤਰੱਕੀਆਂ ਦੇ ਰਾਹ ਦੇ ਉੱਤੇ ਚੱਲੀਏ ਸੋ ਵੀਡੀਓ ਚੰਗੀ ਲੱਗੀ ਤਾਂ ਲਾਇਕ ਸ਼ੇਅਰ ਕਰਕੇ ਆਪੋ ਆਪਣੇ ਭਰਾ ਤੱਕ ਪਹੁੰਚਦੀ ਜਰੂਰ ਕਰਿਓ ਚਾਹੇ ਵਿਦੇਸ਼ਾਂ 'ਚ ਬੈਠਾ ਚਾਹੇ ਇੱਥੇ ਬੈਠਾ ਮਿਹਰਬਾਨੀ ਸਤਿ ਸ੍ਰੀ ਅਕਾਲ